ਤਾਂ ਦੱਸ ਦਈਏ ਕਿ ਤਸਵੀਰਾਂ ਉਸ ਘਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੁਲਗਾਮ ਐਨਕਾਊਂਟਰ 'ਚ ਭਾਰਤੀ ਫੌਜ ਦਾ ਜਵਾਨ ਸ਼ਹੀਦ ਹੋਇਆ ਸੀ। ਤਾਂ ਅੱਜ ਜੱਦੀ ਪਿੰਡ ਦੇ ਵਿੱਚ ਇਸ ਸ਼ਹੀਦ ਜਵਾਨ ਪ੍ਰਦੀਪ ਦੀ ਮ੍ਰਿਤਕ ਦੇਹ ਪਹੁੰਚੇਗੀ, ਜਿੱਥੇ ਕਿ ਅੰਤਿਮ ਰਸਮਾਂ ਦੇ ਨਾਲ ਇਸ ਦਾ ਸੰਸਕਾਰ ਕੀਤਾ ਜਾਵੇਗਾ। ਤਾਂ ਅੰਤਿਮ ਵਿਦਾਈ ਦੇਣ ਦੇ ਲਈ ਪੂਰੇ ਪਿੰਡ ਦੇ ਵਿੱਚ ਦੱਸ ਦਈਏ ਕਿ ਤਿਰੰਗੇ ਝੰਡੇ ਲਗਾਏ ਗਏ ਨੇ ਅਤੇ ਪਿੰਡ ਦੇ ਵਿੱਚ ਜਿੱਥੇ ਮਾਤਮ ਦਾ ਮਾਹੌਲ ਹੈ ਉੱਥੇ ਹੀ ਇਸ ਜਵਾਨ ਦੀ ਸ਼ਹਾਦਤ 'ਤੇ ਮਾਣ ਵੀ ਹੈ। ਤੁਹਾਨੂੰ ਦੱਸ ਦਈਏ ਕਿ ਸ਼ਹੀਦ ਦੀ ਪਤਨੀ ਪ੍ਰੈਗਨੈਂਟ ਹੈ, ਤਾਂ ਖਬਰ ਸੁਣਦੇ ਹੀ ਉਸਦੀ ਹਾਲਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਸੀ। ਤਾਂ ਜਿਵੇਂ ਹੀ ਖਬਰ ਪਰਿਵਾਰ ਨੂੰ ਮਿਲਦੀ ਹੈ ਤਾਂ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। 27 ਸਾਲ ਦੀ ਉਮਰ ਸੀ ਇਸ ਜਵਾਨ ਦੀ, ਜੋ ਕਿ ਦੇਸ਼ ਦੇ ਲੇਖੇ ਲਗਾ ਗਿਆ। 2 ਸਾਲ ਪਹਿਲਾਂ ਹੀ ਹਾਲੇ ਇਸ ਦਾ ਵਿਆਹ ਹੋਇਆ ਸੀ ਅਤੇ ਅੱਤਵਾਦੀਆਂ ਦੇ ਨਾਲ ਐਨਕਾਊਂਟਰ ਦੌਰਾਨ ਇਹ ਸ਼ਹੀਦ ਹੋ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਜੀਂਦ ਦਾ ਰਹਿਣ ਵਾਲਾ ਸੀ ਇਹ ਸ਼ਹੀਦ ਪ੍ਰਦੀਪ, ਅਤੇ ਅੱਜ ਇਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੇਗੀ, ਜਿੱਥੇ ਕਿ ਅੰਤਿਮ ਰਸਮਾਂ ਦੇ ਨਾਲ ਇਸ ਸ਼ਹੀਦ ਦਾ ਸੰਸਕਾਰ ਕੀਤਾ ਜਾਵੇਗਾ। ਤਾਂ ਦੱਸ ਦਈਏ ਕਿ ਤਸਵੀਰਾਂ ਉਸ ਘਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੁਲਗਾਮ ਐਨਕਾਊਂਟਰ 'ਚ ਭਾਰਤੀ ਫੌਜ ਦਾ ਜਵਾਨ ਸ਼ਹੀਦ ਹੋਇਆ ਸੀ। ਤਾਂ ਅੱਜ ਜੱਦੀ ਪਿੰਡ ਦੇ ਵਿੱਚ ਇਸ ਸ਼ਹੀਦ ਜਵਾਨ ਪ੍ਰਦੀਪ ਦੀ ਮ੍ਰਿਤਕ ਦੇਹ ਪਹੁੰਚੇਗੀ, ਜਿੱਥੇ ਕਿ ਅੰਤਿਮ ਰਸਮਾਂ ਦੇ ਨਾਲ ਇਸ ਦਾ ਸੰਸਕਾਰ ਕੀਤਾ ਜਾਵੇਗਾ। ਤਾਂ ਅੰਤਿਮ ਵਿਦਾਈ ਦੇਣ ਦੇ ਲਈ ਪੂਰੇ ਪਿੰਡ ਦੇ ਵਿੱਚ ਦੱਸ ਦਈਏ ਕਿ ਤਿਰੰਗੇ ਝੰਡੇ ਲਗਾਏ ਗਏ ਨੇ ਅਤੇ ਪਿੰਡ ਦੇ ਵਿੱਚ ਜਿੱਥੇ ਮਾਤਮ ਦਾ ਮਾਹੌਲ ਹੈ ਉੱਥੇ ਹੀ ਇਸ ਜਵਾਨ ਦੀ ਸ਼ਹਾਦਤ 'ਤੇ ਮਾਣ ਵੀ ਹੈ। ਤੁਹਾਨੂੰ ਦੱਸ ਦਈਏ ਕਿ ਸ਼ਹੀਦ ਦੀ ਪਤਨੀ ਪ੍ਰੈਗਨੈਂਟ ਹੈ, ਤਾਂ ਖਬਰ ਸੁਣਦੇ ਹੀ ਉਸਦੀ ਹਾਲਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਸੀ। ਤਾਂ ਜਿਵੇਂ ਹੀ ਖਬਰ ਪਰਿਵਾਰ ਨੂੰ ਮਿਲਦੀ ਹੈ ਤਾਂ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। 27 ਸਾਲ ਦੀ ਉਮਰ ਸੀ ਇਸ ਜਵਾਨ ਦੀ, ਜੋ ਕਿ ਦੇਸ਼ ਦੇ ਲੇਖੇ ਲਗਾ ਗਿਆ। 2 ਸਾਲ ਪਹਿਲਾਂ ਹੀ ਹਾਲੇ ਇਸ ਦਾ ਵਿਆਹ ਹੋਇਆ ਸੀ ਅਤੇ ਅੱਤਵਾਦੀਆਂ ਦੇ ਨਾਲ ਐਨਕਾਊਂਟਰ ਦੌਰਾਨ ਇਹ ਸ਼ਹੀਦ ਹੋ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਜੀਂਦ ਦਾ ਰਹਿਣ ਵਾਲਾ ਸੀ ਇਹ ਸ਼ਹੀਦ ਪ੍ਰਦੀਪ, ਅਤੇ ਅੱਜ ਇਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੇਗੀ, ਜਿੱਥੇ ਕਿ ਅੰਤਿਮ ਰਸਮਾਂ ਦੇ ਨਾਲ ਇਸ ਸ਼ਹੀਦ ਦਾ ਸੰਸਕਾਰ ਕੀਤਾ ਜਾਵੇਗਾ।